ਇੱਕ ਸਤਿਕਾਰਯੋਗ ਸ਼ਖਸੀਅਤ ਤੇ ਹਰਮਨ ਪਿਆਰੇ ਤਰਲੋਚਨ ਸਿੰਘ ਸੰਧੂ ਬਲਾਕ ਅਫਸਰ ਜੰਗਲਾਤ ਬੀਤੇ ਦਿਨੀ ਪ੍ਰਮਾਤਮਾ ਪਾਸੋਂ ਬਖਸ਼ੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਤਰਲੋਚਨ ਸਿੰਘ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਪਤਨੀ ਹਰਭਜਨ ਕੌਰ, ਪੁੱਤਰੀ ਨਵਦੀਪ ਕੌਰ ਢਿੱਲੋਂ, ਜਵਾਈ ਅਮਨਦੀਪ ਸਿੰਘ ਢਿੱਲੋਂ NRI ਆਸਟ੍ਰੇਲੀਆ, ਭਰਾ ਜਗਦੀਪ ਸਿੰਘ ਸੰਧੂ, ਪਰਮਜੀਤ ਸਿੰਘ NRI, ਕੁਲਦੀਪ ਸਿੰਘ ਬਲਾਕ ਸੰਮਤੀ ਮੈਂਬਰ, ਭੈਣ ਅੰਮ੍ਰਿਤ ਪ੍ਰਕਾਸ਼ ਰਟੋਲ ਅਤੇ ਸਮੂਹ ਪਰਿਵਾਰ ਨੂੰ ਛੱਡ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਦੀਵਾਨ ਹਾਲ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਅੰਮ੍ਰਿਤਸਰ ਵਿਖੇ ਪਾਏ ਗਏ ਤੇ ਅੰਤਿਮ ਅਰਦਾਸ ਵੀ ਕਰਵਾਈ ਗਈ। ਇਸ ਮੌਕੇ ਤੇ ਰਾਗੀ ਸਿੰਘਾਂ ਵੱਲੋਂ ਵੀ ਰਾਗਮਈ ਕੀਰਤਨ ਵੀ ਕੀਤਾ ਗਿਆ। ਸਭ ਕੋ ਬਾਹਰ ਯੁਗ ਮਨ
ਆਏ ਦੇਖ ਕੇ ਅੰਡਟ ਕੀਤਾ ਤੇਰਾ ਪਿਆਰਿਆ ਸਚਿਆਰਿਆਂ ਦੇ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਹਨਾਂ ਸਿੱਖਾਂ ਦੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਗੁਰੂ ਘਰ ਲੰਗਰ ਤਿਆਰ ਆ ਕੋਈ ਭੈਣ